हाँ जी, सत श्रीकाल जी सारे ने। वधिया फार्म यूट्यूब चैनल पर तुहाडा स्वागत है जी। किसान वीरो, अज दी जिहड़ी आपां वीडियो बना रहे हैं पिंड बुरज नथूके तहसील पट्टी ते जिला तरन तारण, अगे भी इस घर दे विच तुहानू काफ़ी वीडियो दिखाई दियां वा। अज भी तुहानू जिहड़ियां वा छे गावां तुहानू दिखाउणियां, ते एक तुहानू बिल्कुल हौले जे भाव च एक नीली रावी दी मझ तुहानू दिखाउणी है। तो हुण गलबात आपां हैप्पी वीर नाल करदे हां, तो पुछ रहे हैं सारी डिटेल। तो वीडियो शुरू करन तो पहले जिहड़े वीर ने चैनल नूं हाले तक सबसक्राइब नहीं किया, चैनल सबसक्राइब जरूर कर देना, वीडियो नूं लाइक तो शेयर जरूर कर देना। अज की वीडियो के तुहानू एक बिल्कुल हौले जे भाव च एक नीली रावी की मझ भी तुहानू दिखाउणी है, कद काठ जिहदा चंगा। हाँ जी वीर जी, सत श्री अकाल जी। होर सुनाओ की हाल चाल जी? वधिया वधिया। अज की गल, अज सारियां कुरलियां भरतियां जी, कुरलियां इतने भरियां दियां, बाबे दी कृपा चाहिए, जगह कितने भी नहीं लभन दी। अज नवा साल आ गया फिर? हाँ जी, नवा साल सवेरे चढ़ जाना। अच्छा ठीक है, तो केड़ी केड़ी वैरायटी है अपने को? आज अपने गब्बना मछियां भी है, गब्बन तोकड़ भी है, सजरा भी है। अच्छा, सजरा तोकड़ा दे भाव जी है? अच्छा, सजरा तोकड़ा वाले भाव च एक झोटी भी दे देनी है? एक झोटी नीली रावी दी, ओदा की मुल करना है? वो भी भाव जी है जी। अच्छा, जायजी है भाव सारे? गावां दा भाव ही ओदा भी अज्ज। अच्छा, है मैं पर गावां दा भाव ही आ। ठीक है, सारे भाव जायजी करने के? सारे भाव जायजी करने। चलो फिर करिए शुरू। होना नाम में करी दस दियो अपना। नाम मेरा हैप्पी है जी। अच्छा, पिंड बुरज नथूके ठीक है, तरनतारण तहसील पट्टी है जी। ते फोन नंबर भी करी बोल दे। 8163753 9956533237। ठीक है, पहला फिर गबना विखा दिए आपां? पहला गबना विखा देने जी। ठीक है, आ देख सकदे जी शुरुआत जिहड़ी आपां गबना तो करनी नहीं, करनी का सिंग जिहड़े दा आपां देख सकदे आ। ਸਾਈ ਵਾਲ ਚਾ ਜਿਹੜੀ ਤੁਹਾਨੂੰ ਦਿਖਾਉਣੀ, ਦੱਸਿਓ ਵੀਰ ਜੀ ਕਿੰਨਵਾਂ ਸੂਆ ਸੋਣਾ ਜੀ? ਦੂਜੇ ਸੂਆ ਸੋਣਾ ਵੀਰ ਜੀ। ਠੀਕ ਹੈ, ਹਾਂਜੀ। ਤੇ ਕਿੰਨਾ ਕੁ ਟਾਈਮ ਸੋਣ ਚ ਖੜਦੀ ਜੀ? ਸੋਣ ਤੋਂ 8 ਦਿਨ ਲੈ ਜੀ, 7-8 ਦਿਨ। ਅੱਛਾ, 7-8 ਦਿਨ ਲੈ ਜੀ। ਹਾਂਜੀ, ਦੁੱਧ ਕਿੰਨਾ ਕੁ ਚਵਾ ਜੂਗੀ? ਦੁੱਧ ਜੀ 14-15 ਕਿਲੋ ਚਵਾ ਦੂਗੀ। 14-15 ਲੀਟਰ ਚਵਾ ਦੂਗੀ? ਹਾਂਜੀ, ਥਾਂ ਦੇ ਲਾਗੇ ਤਾਂ ਦੇਖ ਸਕਦੇ ਜੀ, ਥਣ ਜਿਹੜਾ ਚੰਗਾ ਇਹਦੇ ਕੋਲੋਂ ਠੰਡੀ ਤੇਰੀ ਆ ਜੀ। ਹਾਂਜੀ, ਤੇਰੀ ਥਣ ਲਾਗੇ ਤਾਂ ਫਿਰ ਤੋਂ ਦਿਖਾ ਦਈਏ ਤੁਹਾਨੂੰ। ਕਿੰਨਾ ਕੁ ਨਾਰਮਲ ਦੁੱਧ ਫਿਰ ਵੀ ਚਵਾਈ ਦੇ? ਉਹਦੇ ਵਿੱਚ 14-13 ਕਿਲੋ 14 ਦੇ ਯੂ ਆਰਾਮ ਨਾਲ। ਤੇ ਹਾਂਜੀ, ਇਹਦਾ ਮੁੱਲ? ਮੁੱਲ ਭਾਜੀ ਇਹਦਾ 32-33 ਕਹੀਏ, 30,000 ਚ ਮਾਨਤਨ ਕਰਦਾ। ਅੱਛਾ, 30 ਚ ਮਾਨਤਨ ਕਰਦਾ? ਮਾਨਤਨ ਕਰਦੇ। ਠੀਕ ਹੈ, ਲਿਆ ਖੋਲੋ ਫਿਰ ਤੋਰੀ ਇੱਕ ਕਰੀ। ਆ ਦੇ ਸਾਦੇ ਜੀ, 30,000 ਚ ਮਾਨਤਨ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹਦਾ ਆਪਾਂ ਕਰ ਦੇਾਂਗੇ। ਭਾਜੀ ਕੱਚੀ ਕੱਚੀ ਆ ਮੱਛੀ, ਇਹ ਉਹ ਮੱਛੀ ਤਿਆਰ ਹੈ ਜਿਹੜੀ ਤੁਸੀਂ ਮਰਜ਼ੀ 35,000 ਦੀ ਦੇ ਦੇਈਦੀ ਹੈ। ਹਾਂਜੀ ਹਾਂਜੀ, ਪਿਓਰ ਛਾਈ ਆ ਜੋ, ਬਾਕੀ ਫੈਟ ਵੀ ਜਿਹੜੀ ਇਹਦੀ ਚੰਗੀ ਆਊਗੀ। ਹਵਾਨਾ ਜਿਹੜਾ ਚੰਗਾ ਭਰੂਗੀ ਸੌਣ ਤੱਕਰ। ਹਾਂ ਦੇ ਸਕਦੇ, ਉਂਝ ਵੀ ਜਿਹੜੀ ਠੰਡੀ ਧੀਰੀ ਆ, ਹੱਥੋਂ ਜਿਸ ਤਰ੍ਹਾਂ ਮਰਜ਼ੀ ਫਿਰ ਲਓ। ਠੀਕ ਹੈ, ਠੰਡੇ ਧੀਰੇ ਪਸ਼ੂ ਦਾ ਜਿਹੜਾ ਵਾਧਾ ਹੋ ਜਾਂਦਾ ਵਾ। ਹੁਣ ਜਿਹੜੀ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਗੱਬਨ ਗਾਂ ਤੁਹਾਨੂੰ ਦਿਖਾਉਣੀ ਹੈ। ਆਹ ਦੇ ਸਕਦੇ, ਹਵਾਨਾ ਜਿਹੜਾ ਕਾਫੀ ਸੋਹਣਾ ਤਿਆਰ ਕਰਨ ਦੀ ਹੈ। ਸੂਆ ਵੀਰ ਜੀ ਪਹਿਲਾਂ ਹੀ ਹੈ? ਇਹਨੇ ਪਹਿਲਾਂ ਜੀ, ਪਹਿਲਾਂ ਹੀ ਸੂਆ ਵਧਿਆ। ਆਹ ਦੇ ਸਕਦੇ, ਹਵਾਨਾ ਸੋਹਣਾ ਦੇ ਤਿਆਰ ਕਰਨਾ। ਅਤੇ ਕਿੰਨਾ ਕੁ ਟਾਈਮ ਵੀਰ ਜੀ ਸੋਚ ਖੜਦੀ ਜੀ? ਇਹ ਵੀਰ ਜੀ 4-5 ਦਿਨ ਲੈ ਜੂਗਾ ਜੀ। 4-5 ਦਿਨ ਲੈ ਜੂਗਾ ਜੀ, ਇੱਥੇ ਲੈ ਜੂਗੇ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗਾ? ਦੁੱਧ ਵੀਰ ਜੀ ਵੀ 12-13 ਕਿਲੋ 14 ਆਰਾਮ ਨਾਲ ਚਾਹੂ ਪੈ ਜਾਣ ਮੈਡੀ। ਅੱਛਾ ਹਾਂਜੀ ਠੀਕ ਹੈ, ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਭਾਜੀ 35-34,000 ਚ ਮਾਨਤਨ ਕਰਦੇ। 34 ਚ ਕਰੋਗੇ ਮਾਨਤਨ? ਲਿਆ ਫਿਰ ਖੋਲੋ ਤੋਰੀਏ ਇਹਨਾਂ। ਇਹ ਵੀ ਜਿਹੜੀ ਆਪਾਂ ਦੇਖ ਸਕਦੇ ਹਾਂ ਜਰਸੀ ਕ੍ਰੋਸ ਚ ਆ, ਤੇ ਹਵਾਨਾ ਜਿਹੜਾ ਸੋਹਣਾ ਤਿਆਰ ਕਰਨ ਦੇ। ਭਾਜੀ ਵੇਖ ਲਓ, ਜੇ ਇਹਨੇ ਕਹਿਣਾ 20 ਕਿਲੋ ਦੁੱਧ ਦੇਣਾ, ਪਰ ਆਪਾਂ ਨੇ ਕਹਿੰਦੇ 20 14-13 ਕਿਲੋ ਦੁੱਧ। 13-14 ਕਿਲੋ ਵੀਰ ਜੀ ਨੇ ਕਹਿੰਦੇ ਕਿ ਪਹਿਲੇ ਸੂਏ ਜਿਹੜਾ ਇਹ ਚਵਾਈ ਜਾਊਗੀ। ਠੰਡ ਠੰਡ ਚੰਗਾ ਲੱਗਾ, ਇਹ ਭਲਾਈਆਂ ਵੀ ਆਈਆਂ। ਇਹ ਵੀ ਜਿਹੜੀ ਠੰਡੀ ਧੇਰੀ ਆ, ਬਾਕੀ ਥਾਣਾ ਚੰਗਾ ਤਿਆਰ ਕਰੋਗੇ ਪਹਿਲੇ ਸੂਏ, ਗੈਪ ਵੀ ਜਿਹੜਾ ਹਵਾਨੇ ਦਾ ਥਣਾ ਦਾ ਚੰਗਾ। ਠੀਕ ਹੈ ਵੀਰ ਜੀ, ਲੈ ਜਾ, ਬਾਕੀ ਸਾਂਭੇ ਵੀ ਚੰਗੀ ਆ ਕਿਸੇ ਵੀਰ ਨੇ। ਹਵਾਨਾ ਗਾਹ ਨੂੰ ਵੀ ਚੰਗਾ ਤਿਆਰ ਕਰਨ ਦੀ, ਤੇ ਹਵਾਨਾ ਪਛਾਣ ਨੂੰ ਵੀ ਚੰਗਾ ਤਿਆਰ ਕਰਨ ਦੀ। ਹੁਣ ਜਿਹੜੀ ਆ ਤੁਹਾਨੂੰ ਤੀਸਰੇ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਆ, ਦੱਸੀਏ ਵੀਰ ਜੀ ਇਹਦੇ ਬਾਰੇ ਵੀ। ਭਾਜੀ 5 ਮਹੀਨੇ ਦੀ ਗੱਭਣ ਜੋ। ਅੱਛਾ ਹਾਂਜੀ, ਤੇ ਦੁੱਧ ਕਿੰਨਾ ਜੀ? 5-6 ਕਿਲੋ ਦੁੱਧ ਥੱਲੇ ਤਿਆਰ ਹੈ ਇਹ। ਅੱਛਾ, 5-6 ਕਿਲੋ ਦੁੱਧ ਆ, ਇਹ ਵੀ ਠੰਡੀ ਦੇ ਰਹੀ ਆ? ਹਾਂਜੀ, ਹੱਥ ਉੱਤ ਲਵਾ ਲੈਂਦੀ ਇਸ ਤਰ੍ਹਾਂ ਹੀ ਜਿੱਦਾਂ ਮਰਜ਼ੀ ਦੇਖੋ। ਆ ਦੇ ਸਕਦੇ ਜੀ, ਬਿਲਕੁਲ ਠੰਡੀ ਦੇ ਰਹੀ ਆ, ਜਿਸ ਤਰ੍ਹਾਂ ਮਰਜ਼ੀ ਹੱਥ ਉੱਤ ਲਾਓ। ਠੀਕ ਹੈ ਜੀ, ਦੇਖੋ ਤੇ ਇਹਦਾ ਤੇ ਵੀਰ ਜੀ ਫੈਟ ਵੀ ਬੜੀ ਚੰਗੀ ਆਉਂਦੀ ਹੈ। ਬੜੀ ਚੰਗੀ, 4.5-5 ਫੈਟ ਆਉਂਦੀ ਹੈ ਜੀ। ਠੀਕ ਹੈ ਹਾਂਜੀ, ਤੇ ਖੋਲੋ ਫਿਰ ਤੋਰੀ ਇਹਨਾਂ ਵੀ। ਇਹਦਾ ਕੀ ਫਿਰ ਮੁੱਲ ਜੇ ਇੱਕ ਵਾਰੀ ਦੱਸ ਹੀ ਦਈਏ? ਇਹਦਾ ਭਾਜੀ ਮੁੱਲ ਕਰੀਏ 20 ਮੁੱਲ ਕਰੀਏ 18-17 ਹਜ਼ਾਰ ਚ ਮਾਨਤਨ ਕਰ। 17,000 ਦੀ ਦੇ ਦੋਗੇ? ਹਾਂਜੀ।
ਦੁੱਧ 5-6 ਕਿਲੋ ਵੀਰ ਜੀ ਹੁਣੀ ਮੌਕੇ ਤੇ ਦੱਸਦੇ ਸੁਆ ਕੇ 5 ਮਹੀਨੇ ਦੀ ਪੜੀ ਚੱਕ ਪਾਸ ਆ ਚੱਕ ਪਾਸ ਦੂਜਾ ਗਾੜੀ ਸੁਣਾ ਜੇ ਚੱਕ ਪਾਸ ਆ ਜਿਹੜੀ 5 ਮਹੀਨੇ ਦੀ ਆ ਦੇਖ ਸਕਦੇ ਕੋਈ ਡਾਕਟਰ ਲੈ ਆਵੇ ਫਿਰ ਚੱਕ ਕਰਾ ਕੇ ਲੈ ਜੇ ਠੀਕ ਹੈ ਵੀਰ ਜੀ 17,000 ਚ ਵੀ ਮਾਨ ਤਾਂ ਜਿਹੜਾ ਇਹਦਾ ਹੋ ਜਾਊਗਾ ਬਾਕੀ ਸਾਂਭੀ ਹੈ ਵੀ ਚੰਗੀ ਹੈ ਕਿਸ ਨੇ ਬੋਡੀ ਵੇਟ ਚਲੋ ਠੀਕ ਹੈ ਬਾਕੀ ਮੇਨ ਗੱਲ ਜਿਹੜੀ ਠੰਡੀ ਧੀਰੀ ਆ ਠੰਡੇ ਧੀਰੇ ਪਸ਼ੂ ਦਾ ਜਿਹੜਾ ਵਾਧਾ ਹੋ ਜਾਂਦਾ ਵਾ ਤੇ ਪਿੱਠ ਪੁੜੇ ਤੋਂ ਵੀ ਜਿਹੜੀ ਸਾਫ਼ ਹੈ ਤੇ ਹੁਣ ਤੁਹਾਨੂੰ ਆਪਾਂ ਚੌਥੇ ਨੰਬਰ ਤੇ ਗਾਂ ਇੱਕ ਹੋਰ ਸੂਈ ਦਿਖਾਉਣੀ ਹੈ ਬੱਚਾ ਕੀ ਆ ਗਿਆ ਵੀਰ ਜੀ ਬੱਚਾ ਭਾਈ ਦੇ ਮਗਰ ਵਛਾ ਜੋ ਅੱਛਾ ਮਗਰ ਤੇ ਨਾਲੂ ਜਿਹੜਾ ਬੱਚਾ ਨਾਲੂ ਨਾਲ ਹੀ ਆ 6 ਦਿਨ ਹੋ ਗਏ ਸੂਈ ਨੂੰ 6 ਦਿਨ ਜਿਹੜੇ ਸੂਈ ਨਾਲ ਹੋ ਗਏ ਆ ਹਾਂਜੀ ਤੇ ਸੂਆ ਕਿੰਨਵਾਂ ਚ ਵੀਰ ਜੀ ਇਹਦਾ ਸੂਆ ਭਾਜੀ ਪਹਿਲਾ ਸੂਈ ਆ ਪਹਿਲਾ ਹੀ ਸੂਆ ਵਾ ਤੇ ਦੁੱਧ ਕਿੰਨਾ ਵੀਰ ਜੀ ਮੌਕੇ ਤੇ ਤਿਆਰ ਹੈ ਦੇਖੋ ਉਹ ਭਾਜੀ 5-6 ਕਿਲੋ ਦੁੱਧ ਤਿਆਰ ਆ ਥੱਲੇ ਅੱਛਾ ਹਾਂਜੀ 5-6 ਲੀਟਰ ਦੁੱਧ ਹੈਗਾ 8 ਕਿਲੋ ਦੁੱਧ ਚਵਾਈ ਹੋਊਗੀ 8 ਕਿਲੋ ਲੀਟਰ ਚਵਾਈ ਜਾਊ ਤੇ ਇਹਦਾ ਕੀ ਫਿਰ ਮੁੱਲ ਰੱਖਣਾ ਮੁੱਲ ਦਾ ਵੀ 18 ਦੀ 18 ਦੀ 17 ਦੀ ਦੇ ਦੇਵਾਂਗੇ ਅੱਛਾ 17 ਦੀ ਦੇ ਦੋਗੇ 17 ਦੀ ਦੇ ਦੇਵਾਂਗੇ ਉੱਚਾ ਵੀ ਛੋਟ ਹੋ ਜੂ ਉੱਚਾ ਵੀ ਜਿਹੜਾ ਛੋਟ ਹੋ ਜੂਗੀ ਹਾਂਜੀ ਬਾਕੀ ਤਾਜੀ ਸੂਈ ਆ ਬੱਚਾ ਜਿਹੜਾ ਅਜੇ ਨਾੜੂ ਤੇ ਹੀ ਆ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਬਾਕੀ ਭਾ ਵੀ ਹੋਲਾ ਹੀ ਆ ਥਣ ਵੀ ਦੀ ਆ ਤੇ ਦਿਖਾ ਦਈਏ ਆ ਦੇ ਸਾਡੇ ਥੋੜੇ ਜਿਹੇ ਅੱਗੇ ਕਰੋ ਵੀਰ ਜੀ ਆ ਦੇ ਸਾਡੇ ਥਣਾ ਦਾ ਸਾਈਜ਼ ਜਿਹੜਾ ਕਾਫੀ ਚੰਗਾ ਹੈ ਦੇਖੋ ਪਹਿਲੇ ਸੂਏ 8 ਕੇ ਕਿਲੋ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿਨੇ ਚਵਾਈ ਜਾਣਾ ਠੀਕ ਹੈ ਵੀਰ ਜੀ ਲੈ ਜਾਓ ਜੀ ਕੋਈ ਵੀ ਫੋਨ ਲਾਵੇ ਛੋਟਾ ਪਾ ਕਰ ਦਾਂਗੇ ਚੋ ਵੀਰ ਜੀ ਨੇ ਕਹਿੰਦੇ ਕਿ ਕੋਈ ਵੀਰ ਟੋਕੜਾ ਦੇ ਭਾਜਾ ਪਰ ਸੱਜਰ ਦੇ ਦਿੰਦੇ ਆ ਵੀਰ ਜੀ ਨੇ ਕਹਿੰਦੇ ਕਿ ਕੋਈ ਵੀਰ ਫੋਨ ਲਾਵੇ ਕੋਈ ਗੱਲ ਨਹੀਂ ਹਾਂਜੀ ਕਰ ਦਾਂਗੇ ਹੋਰ ਠੀਕ ਹੈ ਜੀ ਹੁਣ ਜਿਹੜੀ ਤੁਹਾਨੂੰ ਇੱਕ ਹੋਰ ਆ 5ਵੇਂ ਨੰਬਰ ਤੇ ਗਾਂ ਇੱਕ ਤੁਹਾਨੂੰ ਦਿਖਾਉਣੀ ਆ ਇਹ ਵੀ ਵੀਰ ਜੀ ਤਾਜੀ ਸੂਈ ਹੈ ਹਾਂਜੀ ਇਹਨੂੰ ਵੀਰ ਜੀ ਅੱਜ 6 ਦਿਨ ਹੋ ਗਏ 5-6 ਦਿਨ ਸੂਈ 6 ਦਿਨ ਹੋ ਗਏ ਸੂਈ ਨੂੰ ਮਗਰ ਵੱਛੀ ਹੋ ਗਈ 6 ਦਿਨ ਮਗਰ ਵੱਛੀ ਹੈ ਹਾਂਜੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੀ ਵੀਰ ਜੀ ਲੇਵਾੜਾ ਨਿੱਗਰ ਹੁੰਦੀ 9 ਕਿਲੋ ਥੱਲੇ ਤਿਆਰ ਆ ਦੇ ਹੈਗਾ 9 ਲੀਟਰ ਪੱਕਾ ਜਿਹੜਾ ਠੀਕ ਹੈ ਉਹ ਵੀ 2 ਟਾਈਮ ਚੋਲੇ ਤੇ 3 ਟਾਈਮ ਚੋਲੇ ਠੀਕ ਹੈ ਹਾਂਜੀ ਤੇ ਸੂਆ ਕਿੰਨਵਾ ਜੇ ਦਾ ਸੂਆ ਦੂਜਾ ਵਾ ਜੀ ਦੂਸਰਾ ਵਾ ਹਾਂਜੀ ਸਾਂਭੀ ਸ਼ੁੰਭੀ ਕਹਿੰਦੇ ਚੰਗੇ ਦੂਜਾ ਸੂਆ ਤੇ ਇਹਦਾ ਫਿਰ ਕੀ ਮੁੱਲ ਰੱਖਣਾ ਆਪਾਂ ਇਹਦਾ ਭਾਜੀ ਮੁੱਲ ਕਰੀਏ ਪੰਨੀ ਮੁੱਲ ਦੇ 26 24000 ਚ ਮਾਨਤਨ ਕਰਦੇ ਆ ਅੱਛਾ 24 ਚ ਮਾਨਤਨ ਦੁੱਧ 11 12 ਕਿਲੋ ਚਵਾਈ ਹੋਊਗੀ 11 12 ਲੀਟਰ ਜਿਹੜਾ ਚਵਾਈ ਜਾਊਗੀ ਥਾਣੇ ਦਾ ਇਹਦੇ ਕੋਲ ਵੀ ਆ ਦੇ ਸਾਦੇ ਜੀ ਕਾਫੀ ਲੰਮੇ ਲੰਮੇ ਥਾਣੇ ਜਿਹੜੇ ਇਹਦੇ ਕੋਲ ਵੀ ਉਂਝ ਵੀਰ ਜੀ ਠੰਡੀ ਤੇਰੀ ਆ ਜੀ ਹਾਂਜੀ ਰੱਸੀ ਪਾ ਕੇ ਚੋਈਦੀ ਕਿ ਉਤਰਾ ਰੱਸੀ ਪਾ ਲਈਦੀ ਜੀ ਰੱਸੀ ਪਾ ਕੇ ਚੋਈਦੀ ਆ ਦੇ ਸਾਦੇ ਜੀ ਦੂਸਰਾ ਸੂਆ ਜੀ ਇਹ ਰਾਹ ਦੀ ਪਾਈ ਆਈਆਂ ਇੱਕ ਉਹ ਦੇਖੇ ਵੱਡੀ ਰੈਡ ਠੀਕ ਹੈ ਪੱਕੀਆਂ ਵੀ ਦੋ ਵੀ ਉਹ ਯਾਰ ਮੈਂ ਤਾਂ ਨਹੀਂ ਆ ਦੇ ਸਾਦੇ ਜੀ ਕੰਪੈਕਟ ਜੇ ਜਿਹੜਾ ਹਵਾਨਾ ਇਹਦੇ ਕੋਲ ਦੋ ਭਾਜੀ ਕੋਈ 9 ਕਿਲੋ 2 ਟਾਈਮ ਚੋਗੇ ਲੈ ਜੀ ਭਾਵੇਂ 2 ਟਾਈਮ ਚਵਾ ਕੇ ਦੋਗੇ ਤੇ ਥੱਲੀ ਕਰਾ ਕੇ ਪੂਰੀ ਥੱਲੀ ਕਰਾ ਕੇ ਦਵਾਂਗੇ ਜੀ ਕਿਉਂਕਿ ਜਿਹੜੇ ਵੀਰ ਨੇ ਪਸ਼ੂ ਖੜਨਾ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਕਿ ਆਪਣੀ ਤਸੱਲੀ ਕਰਕੇ ਖੜਨ ਦੀ ਹੁਣ ਜਿਹੜੀ ਤੁਹਾਨੂੰ ਆ 6ਵੇਂ ਨੰਬਰ ਤੇ ਗਾਂ ਇੱਕ ਹੋਰ ਤੁਹਾਨੂੰ ਦਿਖਾਉਣੀ ਹੈ ਰੰਗ ਰੂਪ ਦੀ ਜਿਹੜੀ ਸੋਹਣੀ ਹੈ ਥਣ ਵੀ ਜਿਹੜਾ ਚੰਗਾ ਇਹਦੇ ਕੋਲ ਲੱਗਾ ਦੇ ਸਾਦੇ ਜੇ ਗੈਪ ਥਣਾ ਦਾ ਚੰਗਾ ਤੇ ਹੈਗੀ ਜਿਹੜੀ ਇਹ ਵੀ ਠੰਡੀ ਤੇਰੀ ਹੈ ਠੰਡੀ ਤੇਰੀ ਜਿੱਦਾਂ ਮਰਜ਼ੀ ਦੱਸੋ ਤੇ ਇਹਦਾ ਵੀ ਜੀ ਸੂਆ ਕਿੰਨਵਾ ਜੀ ਇਹ ਵੀ ਦੂਜੇ ਸੂਗੇ ਵੀ ਜੀ ਅੱਛਾ ਹਾਂਜੀ ਮਗਰ ਵੱਛੀ ਇਹਦੇ ਵੀ ਅੱਛਾ ਮਗਰ ਇਹਦੇ ਵੱਛੀ ਹੈ ਹਾਂਜੀ ਆ ਵੱਛੀ ਜੋ ਆ ਦੇ ਸਾਦੇ ਇਹਨੂੰ ਵੀ ਇਹਨੇ ਹੋ ਗਏ 5-6 ਹੋ ਗਏ ਸੂਈ ਨੂੰ 5-6 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੁੱਧ ਜੀ 15 ਕਿਲੋ ਕੋਈ 2 ਟਾਈਮ ਆਪਣੇ ਘਰੇ ਚੋਲੇ ਅੱਛਾ ਹੈਗਾ ਇਹਨਾਂ 15 ਲੀਟਰ ਤਿਆਰ ਆ ਜੀ ਜਿਹੜਾ ਅੱਛਾ ਹਾਂਜੀ 2 ਟਾਈਮ ਚਵਾ ਕੇ ਦੋ ਮੈਂ ਕਹਿੰਦਾ ਬਾ 3 ਦਿਨ ਆਪਣੇ ਘਰੇ ਕੋਈ ਚੋਈ ਜਾਵੇ ਠੀਕ ਹੈ ਹਾਂਜੀ ਤੇ ਇਹਦਾ ਫਿਰ ਕੀ ਮੁੱਲ ਰੱਖਣਾ ਜੀ ਇਹਦਾ ਭਾਜੀ ਮੁੱਲ ਕਰੀਏ 42 ਮੁੱਲ ਕੇ 43 40000 ਤੋਂ ਛੋਟ ਕਰ ਦਿਆਂਗੇ 40 ਚ ਛੋਟ ਕਰੋਗੇ ਕਿੰਨਾ ਕਿ ਦੁੱਧ ਚਵਾ ਜੂਗੇ ਦੁੱਧ ਵੀ ਜੀ 17 18 ਕਿਲੋ ਚਵਾਈ ਜਾਊਗੀ ਘਰ ਆਰਾਮ ਨਾਲ ਅੱਛਾ 17 18 ਲੀਟਰ ਚਵਾਈ ਜਾਊਗੀ ਤੇ ਸੂਆ ਕਿੰਨਵਾ ਜੀ ਸੂਆ ਦੂਜਾ ਵਾ ਜੀ ਲਿਆ ਖੋਲ ਲਓ ਜੀ ਪਲੀਟ ਵਾਲੀ ਵੀ ਜੀ ਹਾਂਜੀ ਹਾਂਜੀ ਬਾਕੀ ਕੱਦ ਕਾਠ ਦੀ ਵੀ ਜਿਹੜੀ ਚੰਗੀ ਦੇਖਾ ਵਾ ਪਲੀਟ ਵਾਲੀ ਵੇਖੋ ਯਾਦ ਬੰਗਾਲ ਪਾਦ ਵਾਲੀ ਲੈਣਾ ਹਾਂਜੀ ਹਾਂਜੀ ਪੂਰੀ ਵੱਡੀ ਵੜਾ ਛੋਟੀ ਵੜ ਨਹੀਂ ਕੋਈ ਹਾਂਜੀ ਜਿਹੜਾ ਨਵਾਂ ਸਾਲ ਚੜ ਜਾਣਾ ਵੀਰ ਜਾਨੇ ਕਹਿੰਦੇ ਕਿ ਨਵੇਂ ਸਾਲ ਦਾ ਕਰਕੇ ਆਫਰਾਂ ਹੀ ਲਾ ਲਈਏ ਇੱਕ ਦੀ ਦੇਖੋ ਗੱਡੀ ਵੱਛੀ ਹੈ ਉਹਨਾਂ ਲੋਕ 55 55 ਮੰਗਦੇ ਪਰ ਆਪਾਂ 40000 ਕੱਦ ਜਿਹੜਾ ਇਹਦਾ ਕਾਫੀ ਇੱਚਾ 40 ਜੋ ਛੋਟ ਕਰਾਂਗੇ ਆਪਾਂ 40000 ਚ ਛੋਟ ਵੀਰ ਜਾਨੇ ਕਹਿੰਦੇ ਕਿ ਜਿਹੜੀ ਆਪਾਂ ਇਹਦੀ ਕਰਾਂਗੇ ਦੁੱਧ ਮੌਕੇ ਦੇ 15 ਲੀਟਰ ਜਿਹੜਾ ਬਿਲਕੁਲ ਤਿਆਰ ਦੱਸਦੇ 14 ਦੀ ਭਾਜੀ ਗਾਰੰਟੀ ਦੇ ਦੇਵਾਂਗੇ ਆਪਾਂ 14 ਕਿਲੋ ਦੀ ਗਾਰੰਟੀ ਹੋਊ ਆਪਣੀ ਤੁਹਾਨੂੰ ਮੱਝ ਜਿਹੜੀ ਤੁਹਾਨੂੰ ਆਪਾਂ ਇੱਕ ਐਂਡ ਤੇ ਹੋਲੇ ਭਾਦੀ ਦਿਖਾਉਣੀ ਸੀ ਉਹ ਵੀ ਦਿਖਾਈਏ ਇੱਕ ਵੀ ਆ ਜਿਹੜੀ ਨੀਲੀ ਦੀ ਮੱਝ ਇੱਕ ਤੁਹਾਨੂੰ ਦਿਖਾਉਣੀ ਫੇਸ ਕੁਆਲਿਟੀ ਦੇਖੋ ਮੈਂ ਜੀ ਪਿਓਰ ਨੀਲੀ ਦੀ ਆ ਦੇ ਸਾਦੇ ਜੇ
प्योर नीली की मज जी तुम दिखाई है निशानियां जड़िया सारिया पूरी ये को अगले पिछले पैर भी चिट्टे तो हवाने के भी निशान जड़ा थान भी एक करिए लागे तो देख सकते जी तो कद भी जरा चंगा है काफी अच्छे कद की है दुध कि भीर जी ए छे किलो दुध आलो गरंटी दे देंगे अच्छा कद जरा काफी उच्चा वा दुध मौके ते 5 लीटर दस दे ते मिलदी दोवें टाइम किंदे पाड़े ते पाड़े ते भाजी अपने घरे कोई दो टाइम पाड़े चोले पवा वेलो गां जड्डी जो हां जी पशु आर जी हुणा ने 7 जिहड़े अज वकाऊ कीते ते बाकी कोई वीर इत्थे आवे अपनी तसली करे चवाई करे पास करे अपनी समझ के हिसाब वेख चाह के खड़े जी क्योंकि तुम पैसे खर्चने ढाडी जिम्मेदारी बनती तसली करके खड़न की। हाँ जी दोस्तों वीडियो ने पूरा देखने लिये बहुत बहुत धन्यवाद जी।